ਵੈਲਕਮ ਬੈਕ ਜੀ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਜੀ ਜਨਾਬ ਦੇ ਵਿੱਚ ਤੇ ਜੀ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਭੱਲਾ ਸਾਹਿਬ ਕਹਿੰਦੇ ਕਿ ਸ਼ਾਇਦ ਦੁਬਾਰਾ ਫੋਨ ਨਹੀਂ ਚੱਕਿਆ ਸੀ ਪਰ ਅਸੀਂ ਉਹਨਾਂ ਦਾ ਫੋਨ ਚੱਕ ਲਿਆ ਜਿਸ ਦਿਨ ਸੱਚੀ ਚੱਕ ਲਿਆ ਇਹਨਾਂ ਨੇ ਤੰਗ ਹੋਏ ਨਾ ਕਿ ਸਾਡਾ ਮੇਰਾ ਫੋਨ ਨਹੀਂ ਚੱਕ ਕੇ ਲੈ ਗਏ ਹੈਲੋ ਹਾਂਜੀ ਭੱਲਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਹਾਰਾਜ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਤੁਹਾਨੂੰ ਕਿੱਦਾਂ ਠੀਕ ਹੋ ਵੈਰੀ ਵੈਰੀ ਸੌਰੀ ਵੈਰੀ ਵੈਰੀ ਸੌਰੀ ਸਾਰੇ ਸੁਣਨ ਵਾਲਿਆਂ ਤੋਂ ਵੀ ਤੇ ਹੁਣ ਜੇ ਤੁਹਾਡਾ ਪ੍ਰੋਗਰਾਮ ਚੱਲ ਪੈਣਾ ਫਿਰ ਨੀਂਦ ਕਾਹਨੂੰ ਆਉਂਦੀ ਹੈ ਹਾਂ ਗੱਲ ਤਾਂ ਇਹ ਵੀ ਸਹੀ ਹੈ ਜ਼ੈਨਤ ਨਾਲੀ ਸਾਹਿਬ ਆਪਣਾ ਅਕਾਲੀ ਸਾਹਿਬ ਆਏ ਨੇ ਤੇ ਇਹਨਾਂ ਨਾਲ ਵੀ ਗੱਲ ਕਰੋ ਥੋੜਾ ਮਸ਼ਕੂਰ ਹੋਵੋ ਤੁਸੀਂ ਵੀ ਹਾਂਜੀ ਸਰ ਮੈਂ ਅਕਾਲੀ ਉਹਨਾਂ ਦਾ ਬਹੁਤ ਮਸ਼ਕੂਰ ਹਾਂ ਪਰ ਨਾਲ ਦੀ ਨਾਲ ਮੈਂ ਸੋਚਦਾ ਸੀ ਮੈਂ ਕਿਹਾ ਅਗਰ ਹਾਂ ਅਕਾਲੀ ਅਕਾਲੀ ਭਾਜੀ ਹੋਣਾ ਦਾ ਅਗਰ ਅਕਾਲੀ ਔਰ ਲਵ ਜੀ ਦਾ ਵਿਆਹ ਹੋ ਜਾਵੇ ਤੇ ਫਿਰ ਇਸ ਤੋਂ ਬਾਅਦ ਚਿੰਗਿਆੜੇ ਨਿਕਲ ਵਨ ਮੰਥ ਟੂ ਮੰਥ ਕੀ ਹੋਵੇਗਾ ਕੀ ਹੋਏਗਾ ਜੀ ਰੰਗ ਚੜ ਜਾਏਗਾ ਇੱਕ ਦੂਸਰੇ ਨੂੰ ਦੋਨਾਂ ਦਾ ਭਾਂਡੇ ਗਲੀ ਚ ਹੋਣਗੇ ਜੀ ਹਾਂ ਮਤਲਬ ਲੜਾਈ ਕਰ ਕਰਕੇ ਹੋਰ ਕੁਛ ਲਿਖਿਆ ਸੀ ਜੇ ਪਲੀਜ਼ ਤੁਹਾਡੀ ਆਗਿਆ ਹੋਵੇ ਤਾਂ ਮੈਂ ਥੋੜਾ ਦੋ ਚਾਰ ਪੰਜ ਸੁਣਾਉਂਗਾ ਨਹੀਂ ਨਹੀਂ ਆ ਗਿਆ ਜੀ ਆ ਗਿਆ ਆ ਗਿਆ ਜੀ ਆ ਗਿਆ ਤੁਸੀਂ ਸੁਣਾਓ ਅਗਰ ਅਗਰ ਵਿਆਹ ਹੋ ਜਾਵੇ ਆਪਣੇ ਲਵਜੂ ਔਰ ਸਾਡੇ ਕਾਲੀ ਕਵਾਲੀ ਭਾਜੀ ਹੋਣਾ ਜਿਹੜੇ ਕਵਾਲੀ ਦੇ ਪੂਰੇ ਮਾਰ ਨੇ ਹਾਂਜੀ ਹਾਂਜੀ ਤੇ ਮੇਨੇ ਅਕਸਰ ਬਾਅਦ ਵਿੱਚ ਕੀ ਹੋਣਗੇ ਨਾ ਭਾਈ ਸਿੱਧਾ ਆ ਜਾਓ ਤੁਸੀਂ ਬਸ ਬਸ ਆ ਗਈ ਫਟੀ ਆ ਇਹ ਲੋਕ ਬੋਲੀਆਂ ਨੂੰ ਮੈਂ ਗੀਤ ਦੇ ਵਿੱਚ ਫਿੱਟ ਕੀਤਾ ਭਾਜੀ ਮੈਂ ਕਿਹਾ ਸੀ ਤੁਹਾਨੂੰ ਭੂਮਿਕਾ ਐਨ ਬਣ ਗਈ ਹੈ ਤੁਸੀਂ ਆਉਣ ਦਿਓ ਬਸ ਹੁਣ ਠੀਕ ਹੈ ਕਹਿੰਦੇ ਜੇਠ ਵੀ ਇਹ ਗੋਰਾ ਹੈ ਨੀ ਦਿਓਰ ਵੀ ਇਹ ਗੋਰਾ ਜੇਠ ਵੀ ਇਹ ਗੋਰਾ ਹੈ ਨੀ ਦਿਓਰ ਵੀ ਇਹ ਗੋਰਾ ਪਰ ਮੇਰੇ ਵਾਲਾ ਜੰਮਦ ਤੱਕਾ ਮੇਰੀ ਸੱਸ ਨੀ ਇੱਥੇ ਨੀ ਇੱਥੇ ਨੀ ਹਾਂ ਮੇਰੇ ਵਾਰੀ ਕੀਤਾ ਕਾਲਾ ਮਾਲਾ ਮੇਰੀ ਹੀ ਸੱਸ ਨੀ ਮੇਰੇ ਵਾਰੀ ਕੀਤਾ ਕਾਲਾ ਮਾਲਾ ਮੇਰੀ ਹੀ ਸੱਸ ਨੀ ਗੋਰੇ ਕਾਲੇ ਗੋਰੇ ਕਾਲੇ ਚੰਮ ਦਾ ਨੀ ਮੁੱਲ ਪੈਂਦਾ ਕੰਮ ਦਾ ਗੋਰੇ ਕਾਲੇ ਚੰਮ ਦਾ ਨੀ ਮੁੱਲ ਪੈਂਦਾ ਕੰਮ ਦਾ ਸਮਾਂ ਲੰਘਿਆ ਪਿੱਛੇ ਨੀ ਮੁੜ ਆਉਣਾ ਹੁਣ ਚੱਲੀਏ ਨੀ ਮੁੜ ਲੰਘਿਆ ਸਮਾਂ ਨੀ ਪਿੱਛੇ ਆਉਣਾ ਹੁਣ ਚੱਲੀਏ ਪਉ ਗਲ ਪਿਆ ਢੋਲ ਬਜਾਉਣਾ ਹੁਣ ਬੱਲੀਏ ਨੀ ਗਲ ਪਿਆ ਢੋਲ ਬਜਾਈ ਚੱਲ ਬੱਲੀਏ ਤੇ ਲਵ ਜੂ ਕਹਿੰਦੀ ਖੋਰੇ ਕਿਹੜੇ ਲਾਲਚ ਚ ਮਾਪਿਆਂ ਸਹੇੜਤਾ ਖੋਰੇ ਕਿਹੜੇ ਲਾਲਚ ਚ ਮਾਪਿਆਂ ਸਹੇੜਤਾ ਖੰਡ ਦੀ ਬੋਰੀ ਨੂੰ ਭੂੰਡ ਕਾਲਾ ਛਾਂ ਚਮੇੜਤਾ ਖੰਡ ਦੀ ਬੋਰੀ ਨੂੰ ਭੂੰਡ ਕਾਲਾ ਛਾਂ ਚਮੇੜਤਾ ਸਾਹਮਣੇ ਦਿਖਾ ਕੇ ਉਂਝ ਮੈਨੂੰ ਵੀ ਦਿਖਾਇਆ ਸਾਹਮਣੇ ਬਿਠਾ ਕੇ ਉਂਝ ਮੈਨੂੰ ਵੀ ਵਿਖਾਇਆ ਮਰ ਜਾਣਾ ਮੋਰੇ ਮਰ ਜਾਣਾ ਖੋਰੇ ਮੂੰਹ ਤੇ ਕੀ ਲਾ ਕੇ ਆਇਆ ਕੰਮ ਹੀ ਨਾ ਕੀਤਾ ਉਦੋਂ ਭੂਰਾ ਮੇਰੀ ਮੱਤ ਨੀ ਇੱਥੇ ਨੀ ਹਾਂ ਨੀ ਉਹ ਇੱਥੇ ਕਰ ਦਿੱਤਾ ਕਾਲਾ ਵਾਲਾ ਮੇਰੀ ਹੀ ਸਤਲੀ ਕਹਿੰਦਾ ਬਾਪੂ ਤੇਰਾ ਮਰਿਆ ਵੀ ਕਿੱਲਿਆਂ ਦੇ ਟੱਕ ਤੇ ਬਾਪੂ ਤੇਰਾ ਮਰਿਆ ਵੀ ਕਿੱਲਿਆਂ ਦੇ ਟੱਕ ਤੇ ਤਲੀ ਤੇ ਰੁਪਈਆ ਤਾਈਓ ਧਰਿਆ ਸੀ ਜੱਟ ਦੇ ਤਲੀ ਤੇ ਰੁਪਈਆ ਤਾਈਓ ਧਰਿਆ ਸੀ ਜੱਟ ਤੇ ਵੀਰਾਂ ਤੇਰਿਆਂ ਨੂੰ ਕਿਹੜਾ ਦੇਖਦਾ ਸੀ ਘੱਟ ਵੀਰਾਂ ਤੇਰਿਆਂ ਨੂੰ ਕਿਹੜਾ ਦੇਖਦਾ ਸੀ ਘੱਟ ਬੈਠੇ ਪੱਟੀ ਗਏ ਸਾਲੇ ਬੋਤਲਾਂ ਦੇ ਡੱਟ ਕਹਿੰਦੇ ਲੁੱਟੂਗੀ ਨਜ਼ਾਰੇ ਸਾਡੀ ਭੈਣ ਕੱਲੀ ਕੱਲੀਏ ਹੁਣ ਗਲ ਪਿਆ ਢੋਲ ਬਜਾਈ ਚੱਲ ਬੱਲੀਏ ਨੀ ਗਲ ਪਿਆ ਢੋਲ ਬਜਾਈ ਚੱਲ ਬੱਲੀਏ ਵਾਹ ਵਾਹ ਕਿਸੇ ਦਾ ਕੀ ਦੋਸਤ ਸਾਰਾ ਜ਼ਿੰਦਗੀ ਦਾ ਖੇਲੇ
ਕਿਸੇ ਦਾ ਕੀ ਦੋਸ਼ ਸਾਰਾ ਜ਼ਿੰਦਗੀ ਦਾ ਖੇਲੇ ਮਰਜੇ ਬਚੋਲਾ ਜੋ ਕਰਾ ਗਿਆ ਸਾਡੇ ਮੇਲੇ ਮਰਜੇ ਬਚੋਲਾ ਜੋ ਕਰਾ ਗਿਆ ਸਾਡੇ ਮੇਲੇ ਰਹਿੰਦਾ ਇੰਗਲੈਂਡ ਚ ਕਰਮਜੀਤ ਭੱਲਾ ਨੀ ਸ਼ਗਨਾਂ ਦੀ ਮੁੰਦੀ ਨਾ ਕਲਾਇਆ ਉਹਨੇ ਛੱਲਾ ਅਜ ਸ਼ਗਨਾਂ ਦੀ ਮੁੰਨੀ ਨਾ ਕਲਾਇਆ ਉਹਨੇ ਛੱਲਾ ਸਾਰਾ ਕੰਮ ਹੋਇਆ ਹੈ ਨੀ ਉਹਦੀ ਪੁੱਛ ਦੱਸਦੇ ਹਾਏ ਹਾਏ ਨੀ ਓਏ ਹੋਏ ਇੱਥੇ ਕਰ ਦਿੱਤਾ ਕਾਲਾ ਮਾਲਾ ਮੇਰੀ ਸੱਸ ਨੀ ਤੇ ਸੋਨੀ ਭਾਜੀ ਪਤਾ ਕੀ ਕਹਿੰਦੇ ਆ ਕਹਿੰਦੇ ਮੀਨੀਆਂ ਦੇ ਸਵਿਆਂ ਚ ਜਾ ਕੇ ਖੇੜਾ ਛੁੱਟਣਾ ਨੀ ਮੀਨੀਆਂ ਦੇ ਸਵਿਆਂ ਚ ਜਾ ਕੇ ਖੇੜਾ ਛੁੱਟਣਾ ਏਦੂ ਪਹਿਲਾਂ ਤੇਰਾ ਮੇਰਾ ਝਗੜਾ ਨਾ ਮੁੱਕਣਾ ਨੀ ਏਦੂ ਪਹਿਲਾਂ ਤੇਰਾ ਮੇਰਾ ਝਗੜਾ ਨਾ ਮੁੱਕਣਾ ਫਾਇਦਾ ਕੀ ਪਾਇਆ ਰੋੜਾ ਚੜ ਕੇ ਚੁਬਾਰੇ ਚੁੱਪ ਕਰ ਦੜ ਵੱਟ ਜਹਾ ਮੁਟਿਆਰੇ ਚੁੱਪ ਕਰ ਦੜ ਵੱਟ ਜਹਾ ਮੁਟਿਆਰੇ ਖਹਿ ਕੇ ਕਾਲੇ ਰੰਗ ਨਾਲ ਕਿਹੜਾ ਘਸ ਚੱਲੀ ਓ ਵੇਖੋ ਯਾਨੀਓ ਹਏ ਨਨ 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 ਬੱਲੀ ਗੱਲ ਪਿਆ ਢੋਲ ਵਜਾਣਾ ਪਊ ਗੜ ਬੱਲੀ ਚੱਲ ਚੌਂਕ ਚ ਬੈਠੀਏ ਤੇ ਵੇਚੀਏ ਛੱਲੀਏ ਚਲੋ ਕਿਆ ਬਾਤ ਹੈ ਭੱਲਾ ਸਾਹਿਬ ਬਹੁਤ ਖੂਬਸੂਰਤ ਲਿਖਿਆ ਤੁਸੀਂ ਅੱਛਾ ਲਿਖਿਆ ਔਰ ਕ੍ਰੀਏਟਿਵ ਚੀਜ਼ ਸੀ ਔਰ ਵਾਕਈ ਮੇਰਾ ਦਿਲ ਕਰਦਾ ਇਹਨੂੰ ਰਿਕਾਰਡ ਕਰਾ ਕੇ ਇਹਨਾਂ ਦੋਨਾਂ ਦਾ ਡਾਂਸ ਕਰਾਵਾਂ ਇਹਦੇ ਤੇ ਚਲੋ ਸ਼ੁਕਰੀਆ ਬਹੁਤ 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 ਸ਼ੁਕਰੀਆ ਬਾਰੀ ਬਰਜੀ ਕਟਣ ਗਏ ਸੀ ਬਾਰੀ ਬਰਜੀ ਕਟਣ ਗਏ ਸੀ ਕੱਟਣ ਗਏ ਸੀ ਛੜੇ ਤੇਰੇ ਕਰਕੇ ਆਏ ਓਏ ਚਲ ਸੁਣਾ ਸੁਣਾ ਉਹ ਤੇਰੇ ਕਰਕੇ ਹਾਏ ਓਏ ਤੇਰੇ ਕਰਕੇ ਸੀ ਨੀ ਸੋਹਣੀ ਸਤਾਰਾਂ ਵਾਲੇ ਅੱਡੇ ਤੇ ਖੜੇ ਮੈਡਮ ਅੱਡੇ ਤੇ ਕੀ ਤੂੰ ਸੰਤਰੇ ਵਾਲੀਆਂ ਗੋਲੀਆਂ ਵੇਚਣ ਡਈ ਅੱਡੇ ਤੇ ਖੜੇ ਹਾਏ ਸਰ ਚੂਰਨ ਵੇਚਣ ਡਈ ਮੈਡਮ ਹਮੇ ਕਿਆ ਮਾਲੂਮ ਥਾ ਲੋ ਜੀ ਉਹਨਾਂ ਨੂੰ ਨਹੀਂ ਮਾਲੂਮ ਕਿ ਇਸ਼ਕ ਹੋਤਾ ਹੈ ਕਿਆ ਕਿਥੋਂ ਪਤਾ ਲੱਗਣਾ ਹੈ ਹਮੇ ਤੁਹਾਡੇ ਘਰਦਿਆਂ ਨੂੰ ਨਹੀਂ ਪਤਾ ਇਸ਼ਕ ਹੋਤਾ ਹੈ ਕਿਆ ਜੇ ਪਤਾ ਹੁੰਦਾ ਤੇ ਤੇਰੀ ਹਾਲਤ ਚੰਗੀ ਹੁੰਦੀ ਕੁਰਸੀ ਥੱਲੇ ਰੱਖ ਕੇ ਵੇਂਦਾ ਇਸ਼ਕ ਹੋਤਾ ਹੈ ਕਿਆ ਅੱਛਾ ਚੱਲ ਤੂੰ ਮੈਨੂੰ ਇਹ ਬਤਾ ਤੂੰ ਕੋਤਾ ਹੈ ਕਿਆ ਨਹੀਂ ਜਿੰਦਰ ਸਿੰਘ ਦਾ ਪੋਤਾ ਹੈ ਕਿਆ ਤਬੀ ਰੋਤਾ ਹੈ ਕਿਆ ਸਾਰੇ ਕੱਪੜੇ ਧੋਤਾ ਹੈ ਕਿਆ ਹਮੇ ਕਿਆ ਮਾਲੂਮ ਥਾ ਇਸ਼ਕ ਹੋਤਾ ਹੈ ਕਿਆ ਵਾਹ ਵਾਹ ਕਿਆ ਬਾਤ ਹੈ ਜੰਗਲ ਕਾ ਤੋਤਾ ਹੈ ਕਿਆ ਹਮੇ ਕਿਆ ਪਤਾ ਹੈ ਇਸ਼ਕ ਹੋਤਾ ਹੈ ਕਿਆ ਤੂੰ ਬਤਾਓ ਨਾ ਜਿਦਾਂ ਤੈਨੂੰ ਸਾਰਾ ਪਤਾ ਪਿੱਛੇ ਬੋਲਣ ਦੀ ਲੋੜ ਹੀ ਨੀ ਮੈਂ ਚਲੋ ਪਿੱਛੇ ਨੀ ਬੋਲੇ ਤੇ ਮੂਰੇ ਹੋ ਗਿਆ ਖਾ ਗਿਆ ਚੱਲ ਲੋੜ ਨੀ ਹਮੇ ਉਹੀ ਪਤਾ ਹੈ ਕਿਆ ਇਸ਼ਕ ਹੋਤਾ ਹੈ ਸਹੀ ਤਰੀਕੇ ਨਾਲ ਲੈਣ ਬੋਲ ਜੋ ਪਹਿਲੇ ਹੀ ਹਮੇ ਲੈਟ ਬੁੱਝ ਜਾਣੀ ਉਹਨਾਂ ਨੂੰ ਉਦੋਂ ਤੱਕ ਨਾ ਪੰਜ ਮਿੰਟ ਲਾਏ ਅੱਛਾ ਇਸ਼ਾਦ ਹਮੇ ਕਿਆ ਮਾਲੂਮ ਥਾ ਇਸ਼ਕ ਹੋਤਾ ਹੈ ਕਿਆ ਅੱਛਾ ਹਮੇ ਕਿਆ ਮਾਲੂਮ ਥਾ ਇਸ਼ਕ ਹੋਤਾ ਹੈ ਕਿਆ ਇੰਨੀ ਦੇਰ ਤੇ ਦੱਸ ਜਾਣਾ ਸੀ ਤੈਨੂੰ ਕਿਸੇ ਨੇ ਚਾਰ ਵਾਰੀ ਕਹਿ ਤੀ ਇੱਕੋ ਲੈਣ ਇਹ ਚਾਰ ਵਾਰੀ ਇੱਕੋ ਲੈਣ ਕਹਿਣ ਦੀ ਕੀ ਲੋੜ ਹੈ ਸ਼ੇਰ ਬੋਲ ਗੱਲ ਖਤਮ ਕਰ ਵਿੱਚੋਂ ਉਹ ਬਣਾਉਣ ਡਿਆ ਨਾ ਕੀ ਬੋਲ ਬਾ ਮੈਂ ਤੈਨੂੰ ਕਿਸੇ ਮੌਲ ਚ ਲੈ ਕੇ ਚਪੇੜਾ ਮਾਰ ਰਿਹਾ ਇਹ ਜਦੋਂ ਮਾਲ ਦੀ ਗੱਲ ਕਰਦਾ ਥੱਲੇ ਵੇਖ ਕੇ ਗੱਲ ਕਰਦਾ ਮਾਲ ਅੱਛਾ ਅੱਛਾ ਬੋਲਾ ਐ ਬਣਦਾ ਮਤਲਬ ਇੱਕ ਵਾਰੀ ਅੱਛਾ ਇਸ਼ਕ ਹੋਤਾ ਹੈ ਕਿਆ ਹਮੇ ਕਾ ਗਿਆ ਮਦੁੰਦੀ ਮਰ ਜਾਣਾ ਆ ਉਹੀ ਸਮਝਾਓ ਪਾਗਾ ਗਿਆ ਮਦੁੰਦੀ ਅੱਛਾ ਦੱਸ ਹਮੇ ਕਿਆ ਮਾਲੂਮ ਥਾ ਇਸ਼ਕ ਹੋਤਾ ਹੈ ਕਿਆ ਇੱਕ ਤੁਮ ਮਿਲੇ ਆਏ ਹੈ ਤੋ ਹਮਾਰੀ ਮੁਹੱਬਤ ਬਣ ਗਈ ਮੁਹੱਬਤ ਸਾਰੇ ਨੇ ਬੋਲੀ ਪਾਈ ਸੀਗੀ ਤੁਸੀਂ ਇਗਨੋਰ ਹੀ ਹੋਈ ਜਾਣ ਡੇ ਹਾਂਜੀ ਸਰ ਬੋਲੀ ਪਾਈ ਸੀ ਮੈਡਮ ਸ਼ੁਰੂ ਕਰਿਓ ਮਾੜੀ ਜੀ 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 ਬੋਲੀ ਬਾਰੀ ਬਰਸੀ ਕੱਟਣ ਗਈ ਸੀ ਬਾਰੀ ਬਰਸੀ ਕੱਟਣ ਗਈ ਸੀ ਕੱਟਣ ਗਏ ਸੀ ਛੜੇ ਓ ਤੇਰੇ ਫੁੱਫੜ ਖੜੇ ਜਾ ਬਰਫੀ ਲੈ ਕੇ ਨਾਲ ਭੂਆ ਖੜੀ ਕਰ ਦੋ ਤੁਸੀਂ ਆਪਣੀ ਉਹ ਐਵੇਂ ਹੀ ਜਾਊਗੀ ਬੰਦੇ ਕੰਮ ਕਰਦੇ ਆ ਅੱਛਾ ਭੂਆ ਲਈ ਠੀਕ ਆ ਛੱਡੋ ਗਜ਼ਲ ਸੁਣੋ ਹਾਂਜੀ ਹਾਂਜੀ ਗਜ਼ਲ ਗਜ਼ਲ ਤੂੰ ਜੇ ਬਸ ਮੂੰਹ ਕਰਕੇ ਸੁਣਾਓ ਸੁਣ ਲਵਾਂਗੇ
ਚਲੋ ਇਹਦੀ ਸੁਣਾ। ਮੈਂ ਜਿੰਦ ਲਾਈ ਤੇਰੇ ਨਾਮ ਵੇ ਡੋਲਾ, ਮੈਂ ਜਿੰਦ ਲਾਈ। ਬਿਜਲੀ ਲਾਣੀ ਸੀ, ਬਿਜਲੀ ਬਿਜਲੀ ਲਾਂਦਾ ਕਿੱਥੇ? ਕਰੰਟ ਮਤਲਬ ਕਿਨੂੰ? ਆਪਣੇ ਆਪ ਨੂੰ ਜੀ। ਫਿਰ ਕੀ ਹੋਣਾ? ਜਿੰਦ ਲਾਈ ਕਹਿੰਦਾ ਫਸ ਗਿਆ। ਕੀ ਹੋਣਾ? ਚੱਲ ਚੱਲ ਉਧਰ ਦੇ ਜਵਾਬ। ਚੱਲ ਯਾਰ ਚੱਲ, ਖੁਰਕਲਾ ਖੁਰਕਲਾ ਕੋਈ ਨੀ, ਅਸੀਂ ਗਾਉਂਦੇ ਉਹਨੂੰ, ਤੂੰ ਖੁਰਕਲਾ। ਮੈਂ ਜਿੰਦ ਲਾਈ ਤੇਰੇ ਨਾਮ ਵੇ ਡੋਲਾ, ਮੈਂ ਜਿੰਦ ਲਾਈ। ਜੇ ਨਾਲ ਇੱਕ ਸਿਮਰ ਦੀ ਬੋਰੀ ਲਾਈ ਹੁੰਦੀ ਤੇ ਜਾਣਾ ਨਹੀਂ ਉਹਨੇ ਕਿਤੇ। ਦੂਰ ਨਾ ਜਾਵੀ ਆਹਾ, ਨਾ ਤੜਫਾਵੀ ਆਹਾ, ਦੂਰ ਨਾ ਜਾਵੀ ਨਾ ਤੜਫਾਵੀ। ਚਟਾਈ ਲਿਆ ਨਾ ਮਰ, ਕਰੀ ਨਾ ਤੂੰ ਟਾਲ ਮਟੋਲਾ, ਮੈਂ ਜਿੰਦ ਲਾਈ। ਕੀ ਵਾ ਅੰਦਾਜ਼ੇ ਬਿਆਨ ਤੇਰੇ ਨਾਲ ਕਮਾਲ ਹੈ ਡੋਲਾ। ਜ਼ੈਨਤ ਕਾਲੀ ਸਾਹਿਬ ਕੀ ਬਾਤ ਹੈ। ਜਿੰਦ ਲਾਈ ਤੇਰੇ ਨਾਮ ਵੇ ਡੋਲਾ, ਮੈਂ ਲਾਈ। ਆਹਾ ਕੀ ਬਾਤ ਜ਼ੈਨਤ, ਜ਼ੋਰਦਾਰ ਤਾੜੀਆਂ ਵੇ, ਇੰਨੇ ਤਾੜੀਆਂ ਵੇ ਰਹੀਆਂ। ਆਹਾ ਬਈ ਜ਼ੈਨਤ ਕਾਲੀ ਸਾਹਿਬ, ਵਾਕਈ ਜਦੋਂ ਤੁਸੀਂ ਅਗਰ ਡੋਲਾ ਉਹ ਜਿਹੜੀ ਸਟੇਜ ਤੇ ਤੁਸੀਂ ਬੈਠਦੇ ਹੋ ਨਾ, ਉਹਦੇ ਸਾਈਡ ਤੇ ਗੋਲ ਸਰਾਣੇ ਨਹੀਂ ਰੱਖੇ ਹੁੰਦੇ, ਉਹਦਾ ਇੱਕ ਪਾਸੋਂ ਮੂੰਹ ਖੁੱਲਾ ਹੁੰਦਾ, ਉਦਾਂ ਦਾ ਮੂੰਹ ਬਣ ਜਾਂਦਾ ਤੁਹਾਡਾ ਜਮਾ ਹੀ ਸਿਰ। ਜੋ ਕਿਸੇ ਨੂੰ ਕਹਿ ਵੀ ਦੇ ਜੀ, ਬੰਦ ਵੀ ਕਰਾ ਲਈਦਾ। ਹਾਂ ਉਹ ਫਿਰ ਕਰਾ ਦਿੰਦੇ ਹੋਣੇ ਨਾ, ਅਗਲੇ ਕਰ ਜਾਂਦੇ ਇੱਦਾਂ, ਕੋਈ ਗੱਲ ਨਹੀਂ ਅਸੀਂ। ਪਰ ਤੁਸੀਂ ਗਾਣਾ ਬਹੁਤ ਬਹੁਤ ਅੱਛੀ ਗਜ਼ਲ ਸੀ ਤੁਹਾਡੀ। ਹੈਲੋ, ਹੋਰ ਸੁਣਾਂਗੇ ਤੁਹਾਡੇ ਤੋਂ। ਹੈਲੋ, ਪਰ ਚਲੋ ਮੈਂ ਤਾਂ ਕਰ ਰਿਹਾ ਨਿਕਲ ਗਏ। ਅੱਛਾ ਪਰ ਮੈਨੂੰ ਇੱਕ ਚੀਜ਼ ਦੱਸੋ, ਇੰਨੇ ਵਧੀਆ ਗਜ਼ਲ ਗਾਇਕ, ਤੁਹਾਨੂੰ ਕੋਈ ਅਵਾਰਡ ਵੁਡ ਵੀ ਮਿਲਿਆ? ਹਾਂਜੀ ਹਾਂਜੀ। ਕਿਹੜਾ ਅਵਾਰਡ ਮਿਲਿਆ? ਖਰੋੜੀ ਅਵਾਰਡ। ਹੈ ਖਰੋੜੀ ਅਵਾਰਡ? ਅੱਛਾ ਅੱਛਾ, ਖਰੋੜਿਆਂ ਨਾਲ ਬਣਾਇਆ ਹੈ। ਓ ਕੀ ਖਰੋੜੀ ਅਵਾਰਡ ਤੇ ਉਹੀ ਹੈ? ਹਾਂਜੀ ਭੈਣ ਜੀ, ਕੁਛ ਨਹੀਂ। ਤੇ ਸਰ ਮੈਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਤੁਹਾਡੇ ਵਰਗਾ ਐਡਾ ਵੱਡਾ ਜਿਹੜਾ ਹੈ ਸਿੰਗਰ ਹੈ, ਆਪਣਾ ਗਜ਼ਲ ਗਾਇਕ ਹੈ, ਸਾਡੇ ਥਾਣੇ 'ਚ ਕੀ ਕਰ ਰਿਹਾ? ਦੇਖੋ ਜੀ, ਮੈਂ ਮਜਾਕਪੁਰ ਥਾਣੇ ਦੇ ਵਿੱਚ ਇੱਕ ਸ਼ੋਅ ਅਰੇਂਜ ਕਰ ਰਿਹਾ। ਮੈਂ ਚਾਹੁੰਦਾ ਕਿ ਮੈਂ ਖੁਦ ਇਨਵਾਈਟ ਕਰਾਂ ਜਾ ਕੇ, ਮੈਂ ਡੋਂਟ ਵਰਥ ਰਹਿਣਾ। ਅੱਛਾ ਅੱਛਾ, ਤੁਸੀਂ ਕੀ ਟੋਇਆ ਪੱਟ ਕੇ ਰਹਿੰਦੇ ਵਿੱਚ? ਨਹੀਂ ਨਹੀਂ ਜੀ, ਵੈਸੇ ਉਹ ਇੱਕ ਕਹਾਵਤ ਬਣੀ ਹੈ ਨਾ, ਡਾਊਨ। ਅੱਛਾ ਅੱਛਾ, ਡਾਊਨ ਟੂ ਅਰਥ ਰਹਿੰਦੇ, ਮਤਲਬ ਇਹਦਾ ਸਿਰ ਕੁੱਟ ਨਹੀਂ ਹੁੰਦਾ, ਤੂੰ ਕਦੀ ਕਦੀ ਪੈ ਜਾਂਦੇ ਡਾਊਨ ਟੂ ਅਰਥ। ਅੱਛਾ ਅੱਛਾ, ਬਿਲਕੁਲ ਡਾਊਨ ਟੂ ਅਰਥ ਚੱਲ ਰਹੀ ਹੈ। ਚਲੋ ਕੋਈ ਨਹੀਂ, ਥਾਣੇ ਦੇ ਵਿੱਚ ਸ਼ੋ ਹੋਏਗਾ? ਨਹੀਂ ਨਹੀਂ, ਮਜ਼ਾਕਪੁਰ ਦੇ ਵਿੱਚ। ਮਜ਼ਾਕਪੁਰ ਤੋਂ ਬਾਹਰ ਥਾਣਾ।